ਸਾਨੂੰ ਬਾਰ 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 ਜਿਹੜੇ ਸਵਾਂਤ ਦੀ ਗੱਲ ਹੈ ਜੇ ਅਸੀਂ ਲੋੜ ਮੁજબ ਖਾਣਾ ਸਿੱਖ ਲਈ ਜਿਨੇ ਜ਼ਬਾਨ ਤੇ ਕੰਟਰੋਲ ਕਰ ਲਿਆ ਉਸਨੇ ਅੱਧੀ ਜ਼ਿੰਦਗੀ ਜਿੱਤ ਲਈ ਇਸੇ ਤਰ੍ਹਾਂ ਪਹਿਨਣ ਦੇ ਅੰਦਰ ਖਾਣ ਪਾਣ ਪਹਿਨਣ ਦੇ ਵਿੱਚ ਕਿ ਇੱਕ ਜ਼ਮਾਨਾ ਸੀ ਕਿ ਇੱਕ ਸੂਟਕੇਸ ਦੇ ਅੰਦਰ ਤੁਹਾਡੇ ਪੂਰੀ ਫੈਮਿਲੀ ਦੇ ਕੱਪੜੇ ਹੁੰਦੇ ਸਨ ਅੱਜ ਹਰ ਬੰਦੇ ਦੀ ਇੰਡੀਵੀਡਿਊਅਲ ਕੱਬੋਰਡ ਹੈ ਇੱਕ ਵੀ ਨਹੀਂ ਦੋ ਦੋ ਤਿੰਨ ਤਿੰਨ ਵੀ ਨਹੀਂ ਪਰ ਫਿਰ ਵੀ ਗਾਰਮੈਂਟਸ ਖਰੀਦਣ ਦੇ ਲਈ ਯਾਰ ਇਹਲਾ ਕਲਰ ਨਹੀਂ ਹੈਗਾ ਇਹ ਮੈਚਿੰਗ ਨਹੀਂ ਹੈਗਾ ਭਾਵ ਸਾਡੀ ਤ੍ਰਿਪਤੀ ਨਹੀਂ ਤੇ ਜਦ ਤੱਕ ਸਾਡਾ ਮਨ ਇਹਨਾਂ ਤੋਂ ਹਟਦਾ ਨਹੀਂ ਜਿਸ ਨੂੰ ਉਹ ਹਰ ਰਸ ਆ ਗਿਆ ਉਸ ਨੂੰ ਇਹ ਸਾਰੇ ਦੁਨੀਆਵੀ ਰਸ ਵਿਸਰ ਗਏ ਤੇ ਜਦੋਂ ਤੱਕ ਇਹ ਦੁਨੀਆਵੀ ਰਸ ਵਿਸਰਦੇ ਨਹੀਂ ਤਦ ਤੱਕ ਹਰ ਰਸ ਆਉਂਦਾ ਨਹੀਂ ਤੇ ਜਦ ਤੱਕ ਹਰ ਰਸ ਆਉਂਦਾ ਨਹੀਂ ਅਸੀਂ ਇਹਨਾਂ ਸਰੀਰਕ ਬੰਧਨਾ ਤੋਂ ਆਜ਼ਾਦ ਨਹੀਂ ਹੋ ਸਕਦੇ ਭਾਵ ਮਨ ਦਾ ਸਰੀਰ ਜਿਹੜਾ ਮਨ ਦੇ ਨਾਲ ਜੁੜਿਆ ਹੋਇਆ ਇਸ ਨੂੰ ਸੁਤੰਤਰ ਕਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੀਆਂ ਸਰੀਰਕ ਲੋੜਾਂ ਤੋਂ ਸੁਤੰਤਰ ਹੋਣਾ ਹੋਵੇਗਾ ਇਹ ਨਹੀਂ ਜਦ ਤੱਕ ਅਸੀਂ ਜ਼ਿੰਦੇ ਆ ਸਰੀਰਕ ਲੋੜਾਂ ਤਾਂ ਹਮੇਰਾ ਹਮੇਸ਼ਾ ਬਣੀਆਂ ਹੋਈਆਂ ਨੇ ਹੁਣੇ ਰੋਟੀ ਖਾਧੀ ਐ 3 ਘੰਟੇ ਬਾਅਦ 4 ਘੰਟੇ ਬਾਅਦ ਫੇਰ ਭੁੱਖ ਲੱਗਣੀ ਐ ਫੇਰ ਭੁੱਖ ਜਾਗਰਤ ਹੋਣੀ ਐ ਕੁਝ ਨਾ ਕੁਝ ਤੇ ਕਰਨਾ ਹੀ ਐ ਪਰ ਇਹ ਨਾ ਹੋਵੇ ਕਿ ਸਾਡਾ ਸਾਰਾ ਸਮਾਂ 24 ਘੰਟੇ ਇਸੇ ਕੰਮ ਵਿੱਚ ਲੱਗ ਜਾਣ ਬਾਈ ਹੋ ਗਿਆ ਰੱਬ ਦਾ ਸ਼ੁਕਰ ਹੈ ਉਸ ਨੇ ਦਿੱਤਾ ਰੱਬ ਦਾ ਸ਼ੁਕਰ ਹੈ ਅਸੀਂ ਖਾ ਲਿਆ ਰੱਬ ਦਾ ਸ਼ੁਕਰ ਹੈ ਉਸ ਨੇ ਇੰਨਾ ਕੁਝ ਸਾਨੂੰ ਦੇ ਦਿੱਤਾ ਤੇ ਜੇਕਰ ਸਬਰ ਤੇ ਸੰਤੋਖ ਆ ਗਿਆ ਜਿੰਨਾ ਦਿੱਤਾ ਉਹਦੇ ਵਿੱਚ ਹੀ ਖੁਸ਼ ਆ ਮੈਨੂੰ ਯਾਦ ਆਉਂਦਾ ਬੜਾ ਚੰਗਾ ਪਰਿਵਾਰ ਸੀ ਕਾਹਨ ਦਿਨ ਬਿਜ਼ਨਸ ਬਿਲਕੁਲ ਖਤਮ ਹੋ ਗਿਆ ਤੇ ਖਾਨ ਨੂੰ ਵੀ ਕੁਝ ਨਹੀਂ ਸੀ ਤੇ ਉਹਦੇ ਮਾਤਾ ਜੀ ਨੇ ਕਹਾਂ ਸਾਰੇ ਬੱਚਿਆਂ ਨੂੰ ਬਾਈ ਉਹਨ ਸਾਡਾ ਕੰਮ ਨਹੀਂ ਹੈ ਅਸੀਂ ਰੋਜ਼ ਸਿਰ ਸਬਜ਼ੀ ਤੇ ਦਾਲ ਅਫੋਰਡ ਨਹੀਂ ਕਰ ਸਕਦੇ ਅਸੀਂ ਰੋਟੀ ਜੜੀ ਹੈ ਅਚਾਰ ਨਾਲ ਨਮਕ ਨਾਲ ਜਾਂ ਚਟਨੀ ਨਾਲ ਹੀ ਖਾ ਲਿਆ ਕਰਾਂਗੇ ਪਰ ਨੇਮ ਬਣਾ ਲਿਆ ਉਹਨਾਂ ਨੇ ਕਿ ਕੋਈ ਗਲਤ ਕੰਮ ਨਹੀਂ ਕਰਨਾ ਕੋਈ ਬੇਈਮਾਨੀ ਦਾ ਕੰਮ ਨਹੀਂ ਕਰਨਾ ਸਵੇਰੇ ਸ਼ਾਮ ਰੱਬ ਦਾ ਸ਼ੁਕਰ ਕਰਨਾ ਹੈ ਨਿਤਨੇਮ ਕਰਨਾ ਹੈ ਰਲ ਕੇ ਬੈਠਣਾ ਹੈ ਸਬਰ ਸੰਤੋਖ ਦੇ ਵਿੱਚ ਮਾਤਾ ਜੀ ਨੇ ਕਹਿੰਦਾ ਅਜਿਹਾ ਕੰਮ ਕੀਤਾ ਕਿ 3 ਸਾਲ ਦੇ ਬਾਅਦ ਸਾਡੀ ਫਿਰ ਲਹਿਰ ਬਹਿਰ ਹੋ ਗਈ ਕਹਿਣ ਤੋਂ ਭਾਵ ਕਿ ਪਰਮਾਤਮਾ ਦੇ ਘਰ ਵਿੱਚ ਸਭ ਕੁਝ ਹੈ ਪਰ ਜੇ ਸਾਡੇ ਅੰਦਰ ਕਾਲਪਨ ਆ ਗਏ ਅਸੀਂ ਜੇਕਰ ਸਮਝੋਤਾ ਕਰ ਲਿਆ ਕਿਉਂਕਿ ਮਨ ਸਾਡਾ ਬੜੀ ਛੇਤੀ ਕਿ ਸਾਨੂੰ ਕੋਣ ਵੇਖਦਾ ਪਿਆ ਅੰਦਰ ਵੇਖੇ ਬਾਹਰ ਦੇਖੇ ਤੁਝ ਤੇ ਕਹਾਂ ਛਿਪਾਵੇ ਜਿਸ ਦਿਨ ਇਹ ਵਿਸ਼ਵਾਸ ਹੋ ਜਾਏ ਕਿ ਉਹ ਪਰਮਾਤਮਾ ਅੱਗੋਂ ਪਿੱਛੇ ਵੇਖਦਾ ਹੈ ਮੇਰੀ ਮਨ ਦੀ ਹਰ ਗੱਲ ਨੂੰ ਉਹ ਸਮਝਦਾ ਹੈ ਤਾਂ ਫਿਰ ਸਾਡੇ ਕੋਲੋਂ ਬੇਈਮਾਨੀ ਹੋਵੇਗੀ ਕਿਉਂ ਮਨ ਜਾਣਤ ਸਭ ਬਾਤ ਜਾਣਤ ਹੀ ਓਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਗਰੇ ਸਭ ਕੁਝ ਪਤਾ ਹੈ ਹੱਥ ਵਿੱਚ ਦੀਪਕ ਹੈ ਗਿਆਨ ਦਾ ਹੱਥ ਵਿੱਚ ਚਾਨਨ ਹੈ ਬਾਣੀ ਦਾ ਪਰ ਇਸ ਨੂੰ ਜਾਣ ਬੁੱਝ ਕੇ ਭੁਲਾ ਕਰਕੇ ਅਸੀਂ ਫਿਰ ਖੂਹ ਵਿੱਚ ਡਿੱਗਦੇ ਆ ਹਾਥ ਦੀਪ ਕੂਏ ਗਰੇ ਕੂਦ ਵਿੱਚ ਸੀ ਆਪੀ ਡਿੱਗਦੇ ਆ ਮਨ ਜਾਣਤ ਸਭ ਬਾਤ ਮਨ ਸਾਰੀ ਗੱਲ ਸਮਝਦਾ ਹੈ ਮਨ ਦਾ ਜਿਹੜਾ ਉਹ ਜੋਤ ਸਰੂਪ ਹੈ ਉਹ ਜਿਹੜਾ ਅੰਤਿਸ਼ਕਰਨ ਹੈ ਸਾਨੂੰ ਬਾਰ-ਬਾਰ ਕਚੋਟਦਾ ਹੈ ਕੋਈ ਵੀ ਗਲਤ ਕੰਮ ਕਰਨ ਲੱਗਿਏ ਉਹ ਮਨ ਇੱਕਦਮ ਸਾਵੇਂ ਖਲੋ ਜਾਂਦਾ ਹੈ ਤੇ ਇਹ ਕੰਮ ਨਹੀਂ ਕਰਨਾ ਪਰ ਸਾਡੇ ਮਨ ਦਾ ਜਿਹੜਾ ਦੂਜਾ ਭੈੜਾ ਪਾਸਾ ਹੈ ਜਿਹੜਾ ਵਿਸ਼ੇਵਿਕਾਰਾਂ ਦੇ ਵਿੱਚ ਲੱਦਿਆਂ ਹੋਇਆ ਪਾਸਾ ਹੈ ਉਹ ਕਹਿੰਦਾ ਨਹੀਂ ਨਹੀਂ ਹੁਣ ਕਰ ਲੈ ਇਹ ਪਾਪੀ ਪੇਟ ਦਾ ਸਵਾਲ ਹੈ ਇਹ ਕਰ ਲੈਣਾ ਜ਼ਰੂਰੀ ਹੈ ਦੁਨੀਆਂ ਵਿੱਚ ਇਹੀ ਕੁਝ ਹੁੰਦਾ ਹੈ ਇਹ ਕੋਈ ਅੱਜ ਧਰਮੀਆਂ ਦੀ ਹੁਣ ਜ਼ਿੰਦਗੀ ਇਹ ਸਮਾਜ ਕੋਈ ਨਹੀਂ ਅੱਜ ਦਾ ਮਾਡਰਨ ਜ਼ਮਾਨਾ ਹੈ ਕੋਈ ਬੇਈਮਾਨੀ ਸਿੱਖ ਲੋ ਅੱਜ ਦੀ ਕੁਝ ਮਾਡਰਨ ਗੱਲਾਂ ਸਿੱਖ ਲੋ ਇਹ ਇਹ ਦਿਲੀਲਾ ਆਮ ਲੋਕੀ ਵੀ ਦਿੰਦੇ ਨੇ ਤੇ ਅਸੀਂ ਵੀ ਆਪਣੇ ਮਨ ਨੂੰ ਇਹ ਦਲੀਲਾਂ ਦੇ ਕਰਕੇ ਉਸ ਗਲਤ ਕੰਮ ਵੱਲ ਰੁਚਿਤ ਹੋ ਜਾਂਦੇ ਆ ਤੇ ਜਦੋਂ ਅਸੀਂ ਰੁਚਿਤ ਹੁੰਨੇ ਆ ਉਦੋਂ ਹੀ ਉਹ ਅੰਤਿਸ਼ ਕਰਨ ਦੀ ਜਿਹੜੀ ਆਵਾਜ਼ ਹੈ ਮੱਦਮ ਪੈਂਦੀ 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 ਉਸ ਉੱਤੇ ਐਸਾ ਮੁਲੰਮਾ ਚੜਦਾ ਹੈ ਕਿ ਫਿਰ ਸਾਨੂੰ ਉਹ ਆਵਾਜ਼ ਸੁਣਨੀ ਬੰਦ ਹੋ ਜਾਂਦੀ ਹੈ ਧਰਮ ਦਾ ਕੰਮ ਕੀ ਹੈ ਇਸ ਆਪਣੇ ਅੰਦਰ ਦੀ ਆਵਾਜ਼ ਨੂੰ ਇਸ ਇੰਟਿਊਸ਼ਨ ਨੂੰ ਇਸ ਇਨਟਰੋਸਪੈਕਸ਼ਨ ਨੂੰ ਇਸ ਅੰਦਰੂਨੀ ਆਵਾਜ਼ ਨੂੰ ਸੁਣਨ ਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਤੇ ਇਹ ਆਵਾਜ਼ ਮੱਧਮ ਨਾ ਪਵੇ ਇਸ ਦੇ ਲਈ ਜ਼ਰੂਰੀ ਹੈ ਸਾਡੀਆਂ ਜੜੀਆਂ ਡੀਡਸ ਨੇ ਸਾਡੇ ਜਿਹੜੇ ਕਰਮ ਨੇ ਉਹ ਨਿਰਮਲ ਰਹਿਣ ਤੇ ਜਦੋਂ ਇਹ ਨਿਰਮਲ ਰਹਿਣਗੇ ਬੜੀ ਅੱਛੀ ਗੱਲ ਇੱਕ ਨੇ ਵਾਣੀ ਦੀ ਤੁਕਤਾ ਨਹੀਂ ਹੈ ਕਿ ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀਏ ਗੁਰੂ ਦੇ ਸ਼ਬਦ ਦੇ ਰਾਹੀ ਇਸ ਮਨ ਨੂੰ ਹੋੜਨਾ ਗੁਰਬਾਣੀ ਇਹੀ ਤਰੀਕਾ ਦੱਸਦੀ ਹੈ ਗੁਰਬਾਣੀ ਦੇ ਅਨਸਾਰ ਜਿਹੜਾ ਮਨ ਹੈ ਇਹ ਇਸ ਮਨ ਕੋ ਨਹੀਂ ਆਵਨ ਜਾਣਾ ਕਿ ਬ੍ਰਹਮਾ ਵਿਸ਼ਨਵੇਂ ਕਿਸੇ ਨੇ ਵੀ ਤਨ ਵਿੱਚ ਮਨ ਨੂੰ ਨਹੀਂ ਪੇਖਿਆ ਗੁਰਮਤ ਦੇ ਅਨਸਾਰ ਜਿਹੜਾ ਮਨ ਹੈ ਇਹ ਸਰੀਰ ਤੋਂ ਬਾਅਦ ਵੀ ਇੱਕ ਸੰਸਕਾਰਾਂ ਦੇ ਰੂਪ ਵਿੱਚ ਜਾਂ ਆਵਾ ਗੋਂਦੇ ਰੂਪ ਵਿੱਚ ਸਾਨੂੰ ਬਾਰ-ਬਾਰ ਬਾਰ-ਬਾਰ ਇਸ ਜਨਮ ਮਰਨ ਦੇ ਗੇੜ ਵਿੱਚ ਲੈ ਕੇ ਆਉਂਦਾ ਪਰ ਜਿਸ ਦਿਨ ਮਨ ਜੋਤ ਸਰੂਪ ਵਿੱਚ ਆ ਗਿਆ ਇਸ ਦੇ ਵਿਸ਼ੇ ਦੇ ਵਿਕਾਰ ਜਿਹੜੇ ਨੇ ਕੰਟਰੋਲ ਵਿੱਚ ਹੋ ਗਏ ਵਿਸ਼ੇ ਦੇ ਵਿਕਾਰ ਦੀ ਖਿੱਚ ਮਨ ਵਿੱਚ ਨਹੀਂ ਰਹੀ ਮੂਹ ਮਾਇਆ ਤੋਂ ਨਿਰਲੇਪ ਹੋ ਗਿਆ ਤੇ ਇਸ ਦਾ ਜੋਤ ਸਰੂਪ ਅਸਲਾ ਪਛਾਣਿਆ ਜਾਂਦਾ ਤੇ ਜਿਸ ਦਿਨ ਇਹ ਜੋਤ ਸਰੂਪ ਹੋ ਗਿਆ ਉਸ ਦਿਨ ਇਹ ਬ੍ਰह्म ਦੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ ਬ੍ਰह्म ਗਿਆਨ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਉਸ ਦੇ ਅੰਦਰ ਤੇ ਬਾਹਰ ਬ੍ਰह्म ਇੱਕ ਹੋ ਜਾਂਦਾ ਹੈ ਕਿ ਇਸ ਹਾਰਮੋਨੀਅਸ ਅਵਸਥਾ ਤੱਕ ਪਹੁੰਚਣ ਦੀ ਜਿਹੜੀ ਤਿਆਰੀ ਹੈ ਉਸ ਦੇ ਲਈ ਕਿਉਂਕਿ ਇਹਨਾਂ ਸੋਖਾ ਨਹੀਂ ਕਹਿਣਾ ਤਾਂ ਬੜਾ ਆਸਾਨ ਹੈ ਪਰ ਇਸ ਮਨ ਨੂੰ ਸਮਝਣਾ ਸਾਰਿਆਂ ਤੋਂ ਔਖਾ ਕੰਮ ਹੈ ਇਸ ਦੇ ਲਈ ਲਗਾਤਾਰ ਅਭਿਆਸ ਦੀ ਲੋੜ ਹੈ ਤੇ ਇਹ ਅਭਿਆਸ ਕਿਵੇਂ ਕੀਤਾ ਜਾ ਸਕਦਾ ਹੈ ਡਾਕਟਰ ਨੇਕੀ ਨੇ ਇਸ ਦਾ ਜਿਹੜਾ ਖੁਲਾਸਾ ਕੀਤਾ ਹੈ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਘੱਟੋ-ਘੱਟ 10-15 ਮਿੰਟ ਰੋਜ਼ ਆਪਣੇ ਐਕਸ਼ਨਸ ਨੂੰ ਆਪਣੇ ਕੀਤੇ ਹੋਏ ਕੰਮਾਂ ਨੂੰ ਜ਼ਰੂਰ ਵਾਚੋ ਅੰਦਰ ਦੀ ਝਾਤ ਭਾਵ ਅੰਦਰ ਆਪਣੇ ਅੰਦਰ ਵੜ ਕੇ ਇਹ 10-15 ਮਿੰਟ ਸ਼ਾਂਤ ਬੈਠ ਕੇ ਖੋਜੋ ਕਿ ਮੈਂ ਇਹ ਜਿਹੜਾ ਕੰਮ ਕੀਤਾ ਉਸ ਪਿਛੇ ਭਾਵਨਾ ਕੀ ਸੀ ਕਹਿਣਾ ਕੀ ਚਾਹੁੰਦਾ ਸੀ ਹੋ ਕੀ ਗਿਆ ਆਮ ਤੌਰ ਤੇ ਬਹੁਤ ਵਾਰੀ ਸਾਨੂੰ ਪਛਤਾਵਾ ਹੁੰਦਾ ਮੈਂ ਬੱਚੇ ਨੂੰ ਇੰਨਾ ਝਿੜਕਣਾ ਨਹੀਂ ਸੀ ਬਹੁਤਾ ਝਿੜਕ ਦਿੱਤਾ ਮੈਂ ਬੱਚੇ ਨਾਲ ਇਹ ਕਰਨਾ ਨਹੀਂ ਸੀ ਕਰ ਦਿੱਤਾ ਬੱਚੇ ਨੂੰ ਮੈਂ ਪੈਸੇ ਦੇਣੇ ਨਹੀਂ ਸੀ ਚਾਹੀਦੇ ਦੇ ਦਿੱਤੇ ਇਹ ਆਮ ਤੌਰ ਤੇ ਸਾਡੇ ਮਨ ਦੇ ਵਿੱਚ ਖਿਆਲ ਕਈ ਤਰ੍ਹਾਂ ਦੇ ਆਉਂਦੇ ਨੇ ਸੁਬਾਹ ਹੈ ਤੇ ਜਿਹੜੀ ਉਹਨਾਂ ਨੇ ਡਿਫਰੈਂਸ ਦਿੱਤਾ ਕਿ ਆਮ ਤੌਰ ਤੇ ਸਾਡੇ ਮਨ ਦੇ ਅੰਦਰ ਸੰਕਲਪ ਤੇ ਵਿਕਲਪ ਦੋਨੋਂ ਨਾਲੋਂ ਨਾਲ ਤੁਰਦੇ ਨੇ ਕਹਿੰਦੇ ਸੰਕਲਪ ਕੀ ਹੈ ਸੰਕਲਪ ਦਾ ਆਧਾਰ ਜਿਹੜਾ ਉਹ ਕਿਸ ਤਰ੍ਹਾਂ ਹੈਗਾ ਕਿ ਵਸਤੂ ਤੇ ਵਸਤੂ ਦਾ ਗਿਆਨ ਇਹਨਾਂ ਦੋਹਾਂ ਦੇ ਸੰਪਰਕ ਤੋਂ ਜਿਹੜਾ ਅਨੁਭਵ ਪੈਦਾ ਹੁੰਦਾ ਹੈ ਉਹ ਸੰਕਲਪ ਬਣਾਉਂਦਾ ਹੈ ਤੇ ਵਿਕਲਪ ਕੇਵਲ ਤੇ ਕੇਵਲ ਸਾਡੀ ਕਲਪਨਾ ਸ਼ਕਤੀ ਹੁੰਦੀ ਹੈ ਸੰਕਲਪ ਹੈ ਜਿਵੇਂ ਡ੍ਰਿੜ੍ਹ ਵਿਸ਼ਵਾਸ ਕਿ ਹਾਂ ਮੈਂ ਸੰਕਲਪ ਕਰ ਲਿਆ ਮੇਰਾ ਇਹ ਵਿਸ਼ਵਾਸ ਹੈ ਕਿ ਇਹ ਲਾ ਕੰਮ ਠੀਕ ਹੈ ਪਰ ਨਾਲੋਂ ਨਾਲ ਹੋ ਜਾਂਦਾ ਹੈ ਕਿ ਇਹ ਜੇ ਨਾ ਹੋਵੇ ਤੇ ਫੇਰ ਸਾਡੇ ਮਨ ਦੇ ਵਿੱਚ ਇੱਕ ਹੋਰ ਵਿਕਲਪ ਇੱਕ ਹੋਰ ਦੂਸਰਾ ਆਲਟਰਨੇਟਿਵ ਆਪਣੇ ਆਪ ਮਨ ਦੇ ਵਿੱਚ ਪੈਦਾ ਹੁੰਦਾ ਹੈ ਇਹ ਨਿਰੋਲ ਕਲਪਨਾ ਹੁੰਦੀ ਹੈ ਪਰ ਜਿਹੜੇ ਗੁਰਸਿੱਖ ਨੇ ਹੁਣ ਸਾਰਿਆਂ ਤੋਂ ਵੱਡਾ ਜਿਹੜਾ ਸਾਡੇ ਮਨ ਦੇ ਵਿੱਚ ਮੋਹ ਹੈ ਉਹ ਹੈ ਜੀਵਨ ਦੀ ਆਸ ਕਿ ਅਸੀਂ ਜੀਉਣਾ ਜਿਉਣਾ ਜਿਉਣਾ ਲੋੜੇ ਸਭ ਕੋਏ ਹਰ ਕੋਈ ਜਿਉਣਾ ਲੋੜਦਾ ਹੈ ਤੇ ਜਿਉਣ ਦੇ ਲਈ ਹੀ ਸਾਰੇ ਉਦਮ ਨੇ ਭਾਵੇਂ ਉਹ ਰੋਟੀ ਕਮਾਉਣੀ ਹੈ ਬੱਚਿਆਂ ਨੂੰ ਪਾਲਣਾ ਹੈ ਘਰ-ਬਾਰ ਪਾਲਣਾ ਹੈ ਸਾਡਾ ਕੋਈ ਕਾਰੋਬਾਰ ਹੋਵੇ ਸਾਡੀ profession ਹੋਵੇ ਅਸੀਂ ਸਾਰਾ ਕੁਝ ਇਹ ਆਪਣੇ ਜੀਉਣ ਦੀ ਆਸ ਹੈ ਪਰ ਸਿੱਖੀ ਦੇ ਅੰਦਰ ਜਿਹੜਾ ਪਹਿਲਾ ਸਟੈਪ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਬਨ ਕੀ ਰੈਨ ਕਾ ਤੋ ਆਓ ਹਮਾਰੇ ਪਾਸ ਹੁਣ ਜੀਵਨ ਕੀ ਛੱਡ ਆਸ ਜਿਉਣ ਦੀ ਆਸ ਨੂੰ ਛੱਡ ਦੇਣਾ ਤੇ ਮਰਨ ਨੂੰ ਹਰ ਵੇਲੇ ਤਿਆਰ ਰੱਖਣਾ ਭਾਵ ਜੀਵਣਾ ਝੂਠ ਹੈ ਤੇ ਮਰਨਾ ਸੱਚ ਹੈ ਜਿਹੜਾ ਭਾਈ ਮਰਦਾਨੇ ਨੂੰ ਸ਼িয়ালਕੋਟ ਭੇਜਿਆ ਸੀ ਬਾਜ਼ਾਰ ਵਿੱਚ ਭਾਈ ਮੂਲੇ ਨੇ ਲਿਖ ਕੇ ਦਿੱਤਾ ਸੀ ਕਿ ਮਰਨਾ ਸੱਚ ਤੇ ਜਿਉਣਾ ਝੂਠ ਜਿਹੜਾ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਲੈ ਕੇ ਭਾਈ ਮਰਦਾਨਾ ਆਇਆ ਸੀ ਪੀਰ ਹਮਜ਼ਾ ਗੋਸ ਦੇ ਕੋਲ ਬੜੀ ਭਾਵਪੂਰਤ ਸਾਖੀ ਹੈ ਭਾਵ ਗੁਰਸਿੱਖੀ ਦਾ ਜਿਉਣਾ ਕੀ ਹੈ ਉਸ ਵਿੱਚ ਮਰਨ ਦਾ ਡਰ ਲੈ ਗਿਆ ਹੋਇਆ ਤੇ ਜੀਵਨ ਦੀ ਆਸ ਖਤਮ ਹੋ ਗਈ ਹੈ ਜੇ ਜੀਵਨ ਦੀ ਆਸ ਖਤਮ ਹੋ ਜਾਏ ਤਾਂ ਫਿਰ ਕਰਨਾ ਕੀ ਹੈ ਕਰਨਾ ਇਹ ਹੈ ਕਿ ਮੈਂ ਧਰਮ ਕਮਾਉਣਾ ਹੈ ਧਰਮ ਕਮਾਉਣ ਦੇ ਵਿੱਚ ਮੈਨੂੰ ਜੀਵਨ ਦਾ ਲਾਲਚ ਨਹੀਂ ਧਰਮ ਯੁੱਧ ਕੋ ਚਾਉ ਹੈ ਮੈਂ ਧਰਮ ਮੇਰਾ ਨਿਭ ਜਾਏ ਪਾਵੇਂ ਧਰਮ ਨਿਬਾਉਣ ਵਿੱਚ ਮੇਰੀ ਜਾਨ ਵੀ ਚਲੀ ਜਾਏ ਉਸ ਦੀ ਪਰਵਾਹ ਨਹੀਂ ਇਹ ਨਵਾਂ ਜੀਵਨ ਜਿਹੜੀ ਨਵੀਂ ਫੂਰਤੀ ਨਵੀਂ ਸਪੂਰਤੀ ਜਿਹੜੀ ਜੀਵਨ ਦੇ ਵਿੱਚ ਮਿਲਦੀ ਆ ਜਦੋਂ ਮਰਨ ਨੂੰ ਕੋਈ ਕਬੂਲ ਕਰ ਲੈਂਦਾ ਮਰਨ ਨੂੰ ਕਬੂਲ ਕਰਨ ਤੋਂ ਭਾਵ ਕੀ ਐ ਸੱਚ ਉੱਤੇ ਦ੍ਰਿੜਤਾ ਸੱਚ ਉੱਤੇ ਵਿਕਲਪ ਤੇ ਹੁਣ ਕੋਈ ਇਸ ਤੋਂ ਇਲਾਵਾ ਕੋਈ ਆਲਟਰਨੇਟਿਵ ਨਹੀਂ ਹੈ ਮੇਰੇ ਕੋਲ ਕੋਈ ਹੋਰ ਦੂਜਾ ਵਿਕਲਪ ਨਹੀਂ ਹੈ ਤੇ ਇਸ ਦੇ ਅੰਦਰ ਮਨ ਦਾ ਇੱਕ ਹੋਰ ਦੂਜਾ ਪਾਸਾ ਵੀ ਹੈ ਜਿੰਨੂੰ ਅਸੀਂ ਦ੍ਰਿਸ਼ਟਾ ਕਹਿੰਦੇ ਹਾਂ ਜਿਸਨੂੰ ਅਸੀਂ ਬੁੱਧ ਕਹਿੰਨੇ ਹਾਂ ਇਹ ਵੀ ਮਨ ਦਾ ਹੀ ਹਿੱਸਾ ਹੈ ਜਿਹੜਾ ਸਾਡੇ ਅੰਦਰ ਹੁਣ ਆਮ ਤੌਰ ਤੇ ਅਸੀਂ ਕਹਿ ਦਿੰਦੇ ਹਾਂ ਕਿ ਮੈਂ ਇਹਨਾਂ ਕੁਝ ਜਾਣਦਾ ਪਰ ਨਿਰਾ ਜਾਣਨਾ ਬੁੱਧੀ ਦਾ ਕੰਮ ਨਹੀਂ ਹੈ ਬੁੱਧੀ ਦਾ ਕੰਮ ਹੈ ਸੱਚ ਤੇ ਝੂਠ ਦਾ ਨਿਸਤਾਰਾ ਕਰ ਸਕਣਾ ਜਿਹਨੂੰ ਅਸੀਂ ਵਿਜ਼ਡਮ ਕਹਿੰਨੇ ਆ ਜਿਹੜਾ ਗਿਆਨ ਬਾਣੀ ਦੇ ਵਿੱਚ ਆਉਂਦਾ ਜਿਸ ਤਰ੍ਹਾਂ ਹੁਣ ਹੈ ਗਿਆਨ ਖੰਡ ਮੇ ਗਿਆਨ ਪ੍ਰਚੰਡ ਤਿੱਥੇ ਨਾਦ ਬినੋਦ ਕੋਡ ਆਨੰਦ ਇਸ ਗਿਆਨ ਦਾ ਜੇ ਟ੍ਰਾਂਸਲੇਸ਼ਨ ਕਰੀਏ ਇਟ ਇਜ਼ ਨਾਟ ਇਕੁਅਲ ਟੂ ਨੋਲੇਜ ਇਟ ਇਜ਼ ਮੱਚ ਮੋਰ ਦੈਨ ਨੋਲੇਜ ਇਟ ਇਜ਼ ਸਮਵਟ ਇਕੁਅਲ ਟੂ ਵਿਜ਼ਡਮ ਜਿਹੜੀ ਵਿਵੇਕ ਬੁੱਧ ਜਿਹਨੂੰ ਅਸੀਂ ਕਹਿੰਨੇ ਆ ਬਾਦਸ਼ਾਹ ਬਾਣੀ ਵਿੱਚ ਵੀ ਸਾਨੂੰ ਦੱਸਦੇ ਨੇ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪੀ ਅੰਗਮ ਸਾਦੇ ਪੰਜ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹੰਬੁ ਦਬਾਦੇ ਪਿਆਰੇ ਇਨ ਵਿਦ ਮਿਲਨ ਨ ਜਾਇ ਮੈਂ ਕੀਏ ਕਰਮ ਨੇਕਾ ਹਾਰ ਪ੍ਰਯੋਗ ਸਾਮੀ ਕੇ ਦਵਾਰੇ ਦੀਜੇ ਬੁਧ ਬਿਵੇਕ ਬਿਵੇਕ ਤੋਂ ਪਾਵੈ ਵਿਤਰੇਕ ਵਿਤਰੇਕ ਤੋਂ ਪਾਵੈ ਜਿਹੜਾ ਨਿਸਤਾਰਾ ਕਰ ਸਕੇ ਸੱਚ ਤੇ ਝੂਠ ਦਾ ਸੱਚ ਤੇ ਝੂਠ ਦਾ ਨਿਸਤਾਰਾ ਕਰਨ ਵਾਲੀ ਜਿਹੜੀ ਬੁੱਧੀ ਹੈ ਉਹ ਜਦੋਂ ਆਉਂਦੀ ਹੈ ਇਹ ਵੀ ਅਸੀਂ ਜਦ ਤੱਕ ਮਨ ਨੂੰ ਨਾਲ ਨਾ ਰਲਾਈਏ ਸੁੱਚ ਹੋਵੇ ਤਾਂ ਸੱਚ ਪਾਈਏ ਮਨ ਦੇ ਅੰਦਰ ਜਾਂ ਹਿਰਦੇ ਸੱਚਾ ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ ਇੱਥੇ ਬੁੱਧੀ ਨੂੰ ਸੱਚਾ ਨਹੀਂ ਆਖਿਆ ਇੱਥੇ ਅਕਲ ਨੂੰ ਸੱਚਾ ਨਹੀਂ ਆਖਿਆ ਇੱਥੇ ਹਿਰਦੇ ਸੱਚਾ ਹੋਏ ਭਾਵ ਜਦ ਤੱਕ ਮਨ ਦੇ ਅੰਦਰ ਸੱਚ ਦੀ ਭਾਲ ਦੀ ਤਾਂਗ ਨਹੀਂ ਹੈ ਤਦ ਤੱਕ ਉਹ ਬੁੱਧੀ ਵੀ ਜਾਗਰਤ ਨਹੀਂ ਹੋਏਗੀ ਤੇ ਜਿਸ ਦਿਨ ਬੁੱਧ ਜਾਗਰਤ ਹੋ ਗਈ ਪ੍ਰਮਾਤਮਾ ਦਾ ਗਿਆਨ ਆ ਜਾਏਗਾ ਤੇ ਪ੍ਰਮਾਤਮਾ ਦਾ ਗਿਆਨ ਆ ਜਾਣਾ ਹੀ ਇਸ ਮਨ ਦੀ ਤਾਂਗ ਹੈ ਕਿਉਂਕਿ ਮਨ ਉਦੋਂ ਤੱਕ ਇਹ ਵਿਸ਼ੇਵਿਕਾਰਾਂ ਤੋਂ ਛੁੱਟਦਾ ਨਹੀਂ ਜਦ ਤੱਕ ਅਸੀਂ ਉਸ ਸੱਚ ਤੱਕ ਨਹੀਂ ਜਾਉਂਦੇ ਜਿਹੜੀ ਗੱਲ ਆਉਂਦੀ ਹੈ ਕਿ ਇਹ ਜਿਹੜਾ ਸਰੀਰ ਨਾਲ ਜੁੜਿਆ ਹੋਇਆ ਮਨ ਇਹ ਨੀਵਾਂ ਹੈ ਤੇ ਜਿਹੜਾ ਪਰਮਾਤਮਾ ਨਾਲ ਜੁੜਿਆ ਹੋਇਆ ਮਨ ਹੈ ਇਹ ਉੱਪਰ ਹੈ ਤੇ ਜਦੋਂ ਇਹ ਮਨੁੱਖ ਸਰੀਰ ਵਾਲੇ ਵਿਸ਼ਾ ਵਿਕਾਰਾਂ ਵਾਲੇ ਮਨ ਨੂੰ ਕੰਟਰੋਲ ਕਰਕੇ ਇਸ ਵਿਸ਼ੇ ਵਿਕਾਰਾਂ ਆਪਣੇ ਸਰੀਰ ਦੀਆਂ ਖਾਸ਼ਾਂ ਤੋਂ ਉੱਪਰ ਉੱਠਦਾ ਤਾਂ ਉਸ ਨੂੰ ਆਖਿਆ ਉਹਨ ਮਨ ਅਵਸਥਾ ਦੇ ਵਿੱਚ ਚਲਾ ਜਾਂਦਾ ਭਾਵੇਂ ਇਹ ਹੁਣ ਮਨ نیچے ਨਹੀਂ ਡਿੱਗ ਰਿਹਾ ਇਹ ਉੱਪਰ ਇਸ ਦੀ ਲਲਕ ਉੱਪਰ ਲੱਗ ਗਈ ਹੈ ਤੇ ਕਹਿੰਦਾ ਇਹ ਜਿਹੜੀ ਲੜਾਈ ਹੈ ਨਾ ਇਹ ਕੋਈ ਸੌਖੀ ਨਹੀਂ ਹੈ ਕਿਉਂਕਿ ਇਹ ਜਿਹੜਾ ਮਨ ਹੈ ਨਾ ਆਪਸ ਦੇ ਵਿੱਚ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਇਹ ਹਮੇਸ਼ਾ ਲੜਾਈ ਲੜਦੀ ਰਹਦੀ ਆ ਹੁੰਦੀ ਰਹਿੰਦੀ ਆ ਇਸ ਵਿਸ਼ਾ ਵਿਕਾਰਾਂ ਵਾਲੇ ਮਨ ਦੇ ਨਾਲ ਤੇ ਉਸ ਉਨਮਨ ਵਾਲੀ ਅਵਸਥਾ ਦੇ ਮਨ ਦੇ ਨਾਲ ਤੇ ਇਸ ਝਗੜੇ ਦੇ ਵਿੱਚ ਬਹੁਤ ਵਾਰੀ ਸਾਡੇ ਬੋਧੀ ਵਾਰੀ ਜਿਹੜੇ ਵਿਸ਼ਾ ਵਿਕਾਰਾਂ ਵਾਲਾ ਮਨ ਹੈ ਕਦੀ ਇਹ ਉੱਤੇ ਹੋ ਜਾਂਦਾ ਤੇ ਜਦੋਂ ਅਸੀਂ ਬਾਣੀ ਪੜ੍ਹਦੇ ਆ ਕੀਰਤਨ ਸੁਣਦੇ ਆ ਕੋਈ ਕਥਾ ਕਹਾਣੀ ਸੁਣਦੇ ਆ ਤਾਂ ਇੱਕਦਮ ਮਨ ਬਲਵਾਨ ਹੁੰਦਾ ਤੇ ਕਹਿੰਦਾ ਕਿ ਹੁਣ ਮੈਂ ਇਹ ਨਹੀਂ ਕਰਨਾ ਹੁਣ ਐ ਬਿਲਕੁਲ ਨਹੀਂ ਕਰਨਾ ਪਰ ਫਿਰ ਹੋ ਜਾਂਦਾ ਗੱਲ ਉਸੇ ਤਰ੍ਹਾਂ ਹੀ ਆ ਦੋ ਸ਼ਰਾਬੀ ਸਨ ਲੰਘਣ ਲੱਗੇ ਪਿੰਡ ਦੇ ਠੇਕੇ ਤੋਂ ਕਹਿੰਦਾ ਯਾਰ ਹੁਣ ਅਸੀਂ ਬਿਲਕੁਲ ਸ਼ਰਾਬ ਨਹੀਂ ਪੀਨੇ ਕਹਿੰਦਾ ਹਾਂ ਯਾਰ ਬਿਲਕੁਲ ਨਹੀਂ ਪੀਨੇ ਕਹਿੰਦਾ ਚੱਲ ਫੇ ਠੇਕੇ ਦੇ ਅੱਗੋਂ ਲੰਘੀਏ ਲੰਘ ਗਏ ਠੇਕੇ ਵਾਲ ਵੇਖਿਆ ਅੱਗੇ ਲੰਗੇ ਅੱਗੇ ਲੰਗੇ ਉਹ ਯਾਰ ਅਸੀਂ ਲੰਘ ਗਏ ਸਾਨੂੰ ਸ਼ਰਾਬ ਦਾ ਚੇਤਾ ਨਹੀਂ ਆਇਆ ਕਹਿੰਦਾ ਹਾਂ ਯਾਰ ਅਸੀਂ ਤੇ ਬੜੇ ਪਹਿਲਵਾਨ ਹੋ ਗਏ ਸਾਡਾ ਮਨ ਹੁਣ ਬੜਾ ਬਲਵਾਨ ਹੋ ਗਿਆ ਕਹਿੰਦਾ ਚੱਲ ਫੇਰ ਚਲੀਏ ਇੱਕ ਇੱਕ ਘੋਟ ਪੀ ਲਈਏ ਮਤੀ ਜਿੱਤ ਕੇ ਵੀ ਮਨ ਸਾਡਾ ਫੇਰ ਉਸ ਪੁਰਾਣੇ ਤਰੇ ਉਤੇ ਪੁਰਾਣੇ ਆਪਣੇ ਜੋ ਨੇ ਆਦਤ ਬਣਾਈ ਹੋਈ ਆ ਇਸ ਆਦਤ ਨੂੰ ਤੋੜਨਾ ਕੋਈ ਸੌਖਾ ਕੰਮ ਨਹੀਂ ਹੈ ਤੇ ਇਹ ਪਰਮਾਤਮਾ ਜਦ ਤੱਕ ਉਹ ਕਹਿੰਦੇ ਨਾ ਕਿ ਗੁਰ ਥੱਪੀ ਦਿੱਤੀ ਖੰਡ ਜਿਓ ਜਦ ਤੱਕ ਉਹ ਪਰਮਾਤਮਾ ਦੀ ਥੱਪੀ ਪਰਮਾਤਮਾ ਦਾ ਥਾਪੜਾ ਸਾਨੂੰ ਮਿਲੇ ਗੁਰ ਸ਼ਬਦ ਦੀ ਲੋਹ ਦੇ ਅੰਦਰ ਇਹ ਜਿਹੜਾ ਉਨਮਨ ਹੈ ਇਹ ਨੀਵੇਂ ਮਨ ਨੂੰ ਜਦੋਂ ਜਿੱਤੇਗਾ ਤਾ ਸਾਡੀ ਗੱਲ ਜਿਹੜੀ ਆ ਬਣ ਜਾਏਗੀ ਤੇ ਇਹ ਜਿਹੜਾ ਸਾਡਾ ਜੋਤ ਸਰੂਪ ਦਾ ਅਸਲਾ ਉਹ ਪਛਾਣਿਆ ਜਾਏ ਤੇ ਵਿਸ਼ੇਵਕਾਰਾਂ ਤੋਂ ਮਨ ਜਿਹੜਾ ਉੱਠ ਜਾਏ ਇਸ ਉੱਠਣ ਦੀ ਲੜਾਈ ਜਿਹੜੀ ਆ ਬੜੀ ਲੰਬੀ ਆ ਬੜੀ ਗਹਿਰੀ ਆ ਤੇ ਇਹ ਮਨ ਹੈ ਇਹ ਮਨ ਸਾਥੀ ਬਣਦਾ ਕਿ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹੁਣ ਮਨ ਸਾਥੀ ਬਣ ਗਿਆ ਇਸ ਰਾਹ ਦੇ ਉੱਤੇ ਤੁਰਨ ਵਾਸਤੇ ਤੇ ਜਦੋਂ ਇਹ ਵਿਸ਼ੇਵਕਾਰਾਂ ਵਿੱਚ ਹੋਵੇ ਤਾਂ ਇਹ ਇਹ ਮਨ ਅੰधे ਕੁੱਤੇ ਕੂੜਿਆ ਤੂੰ ਕੁੱਥੇ ਲਾਲਚ ਵਾਲਾ ਤੂੰ ਖੋਤਿਆਂ ਵਾਕਨ ਤੇ ਤੇਰਾ ਵਿਸ਼ਵਾਸ ਕੋਈ ਨਹੀਂ ਪਤਾ ਨਹੀਂ ਤੂੰ ਕੀ ਕੁਝ ਕਰ ਜਾਣਾ ਮੈਨੂੰ ਇੱਕ ਗੱਲ ਬੜੀ ਧਿਆਨ ਆ ਰਹੀ ਸੀ ਸਾਡਾ ਵੱਧੋ ਵੱਦੀ ਕੋਈ ਫੋਰਨਰ ਆਵੇ ਕੋਈ ਆਵੇ ਸਾਡਾ ਇੱਕਦਮ ਚਿਹਰੇ ਵੱਲ ਧਿਆਨ ਜਾਂਦਾ ਹੈ ਕੋਈ ਸੋਹਣੀ ਇਸਤਰੀ ਹੋਵੇ ਉਹਦੇ ਵੱਲ ਇੱਕਦਮ ਧਿਆਨ ਖਿੱਚਿਆ ਚਲਾ ਜਾਏਗਾ ਤੇ ਇੱਕ ਇੰਗਲੈਂਡ ਦੀ ਕਿਸੇ ਨੇ ਟਰੈਵਲ ਕੀਤਾ ਸੀ ਮਾਸਟਰ ਤਾਰਾ ਸਿੰਘ ਦੇ ਨਾਲ ਟ੍ਰੇਨ ਦੇ ਅੰਦਰ ਤੇ ਮਾਸਟਰ ਤਾਰਾ ਸਿੰਘ ਨੂੰ ਹਰ ਸਟੇਸ਼ਨ ਤੇ ਬਹੁਤ ਸਿੱਖ ਮਿਲਣ ਆਉਂਦੇ ਰਹੇ ਤੇ ਉਸ ਲੇਡੀ ਨੇ ਇੰਗਲੈਂਡ ਵੀ ਜਾ ਕੇ ਲਿਖਿਆ ਕਿ ਮੈਂ ਇੱਕ ਸਿੱਖਾਂ ਦਾ ਲੀਡਰ ਵੇਖਿਆ ਮੈਂ ਬੰਬੇ ਤੋਂ ਦਿੱਲੀ ਤੱਕ ਟ੍ਰੈਵਲ ਕੀਤਾ 24 ਘੰਟੇ ਦਾ ਟ੍ਰੈਵਲ ਸੀ ਇੰਨੇ ਲੋਕ ਉਸ ਨੂੰ ਮਿਲਣ ਆਏ ਪਰ ਉਹ ਪਤਾ ਨਹੀਂ ਕਿਹੋ ਜਿਹਾ ਲੀਡਰ ਸੀ ਉਸਨੇ ਇੱਕ ਵਾਰੀ ਵੀ ਅੱਖ ਚੁੱਕ ਕੇ ਮੇਰੇ ਵੱਲ ਨਹੀਂ ਵੇਖਿਆ ਪਾਵਾਂਡੇ ਉੱਤੇ ਆਪਣੇ ਆਪ ਉੱਤੇ ਕਿੰਨਾ ਕੰਟਰੋਲ ਹੋਵੇਗਾ ਉਸ ਦਾ ਆਪਣੇ ਆਪੇ ਉੱਤੇ ਕਿੰਨਾ ਨਿਯੰਤਰਣ ਹੈ ਕਹਿੰਦਾ ਹੈ ਕਿ ਇਹੋ ਜਿਹਾ ਲੀਡਰ ਕਿਧਰੇ ਕਿਧਰੇ ਕਿ ਇੰਨਾ ਆਪਣੇ ਆਪੇ ਉੱਤੇ ਕੰਟਰੋਲ ਇਹ ਗੱਲ ਕਿ ਇਹ ਕੋਈ ਸੌਖਾ ਕੰਮ ਨਹੀਂ ਹੈ ਇਹ ਅਭਿਆਸ ਦੇ ਨਾਲ ਆਉਂਦਾ ਹੈ ਸਾਡੇ ਪ੍ਰਾਤਨ ਗੁਰਸਿੱਖ ਭਾਵੇਂ ਛੋਟੀ ਹੋਵੇ ਔਰਤ ਭਾਵੇਂ ਵੱਡੀ ਹੋਵੇ ਉਸ ਨੂੰ ਮਾਈ ਹੀ ਆਖਦੇ ਸਨ ਤੇ ਇਹ ਕੁਝ ਜਿਹੜੇ ਸਾਡੀਆਂ ਪਰੰਪਰਾਵਾਂ ਨੇ ਆਪਣੇ ਆਪ ਨੂੰ ਕੰਟਰੋਲ ਕਰਨ ਦਿਆਂ ਏ ਸਾਨੂੰ ਵਿਰਸੇ ਦੇ ਵਿੱਚ ਮਿਲਿਆ ਨੇ ਅੱਜ ਲੋੜ ਹੈ ਗੁਰਬਾਣੀ ਦੇ ਅਨਸਾਰ ਆਪਣੇ ਆਪ ਨੂੰ ਜੀਵिए ਗੁਰਬਾਣੀ ਦੇ ਅਨਸਾਰ ਇਸ ਮਨ ਨੂੰ ਸਮਝਾਉਣ ਦੇ ਲਈ ਕੋਈ ਸਹਾਰਾ ਬਣ ਸਕਦਾ ਤੇ ਉਹ ਕੇਵਲ ਤੇ ਕੇਵਲ ਬਾਣੀ ਬਣ ਸਕਦੀ ਹੈ ਇਹ ਸਰੀਰਾ ਮੇਰਾ ਇਸ ਯੁੱਗ ਮੈਂ ਆਏ ਕਿ ਕ્યા ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੁੱਤ ਸਰੀਰਾਂ ਜਾਂ ਤੂੰ ਜਗਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਇਸ ਸਰੀਰ ਨੂੰ ਬਣਾਇਆ ਕਿੰਨੇ ਅਸੀਂ ਕਹਿੰਨੇ ਆ ਮਾਂ ਬਾਪ ਨੇ ਜਨਮ ਦਿੱਤਾ ਮਾਂ ਬਾਪ ਦੇ ਅੰਦਰ ਜਨਮ ਕਿਵੇਂ ਹੋ ਗਿਆ ਬਹੁਤ ਸਾਰੇ ਮਾਂ ਬਾਪ ਨੇ ਜਨਨ ਦੇ ਕੋਲ ਸੰਤਾਨ ਨਹੀਂ ਹੁੰਦੀ ਤੇ ਹੁਕਮ ਦੇ ਨਾਲ ਹੁਕਮ ਪਿਆ ਗਰਭਾਸ ਜਿਉ ਹੁਕਮ ਦੇ ਨਾਲ ਹੀ ਗਰਭ ਦੇ ਵਿੱਚ ਪਲਦਾ ਹੈ ਤੇ ਜਦੋਂ ਇਹ ਸਾਨੂੰ ਜਿੰਨਾ ਕੁਛ ਮਿਲਦਾ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿਗਾਰਿਆ ਗਰਬ ਅਗਨ ਮੈਂ ਜਿਨੇ ਉਬਾਰਿਆ ਬਾਹਰ ਵਿਵਸਥਾ ਤੁਜੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਬਿਹਾ ਉਪਰ ਸਾਖ ਸੈਨ ਮੁਖ ਅਪਿਆਉ ਬੈਠ ਕੇ ਉਦੇਨ ਇਹ ਨਿਰਗੁਣ ਗੁਣ ਕਛੂ ਨਾ ਬੂਝੇ ਬਖਸ਼ ਲਿਓ ਉਹ ਨਾਨਕ ਸੀ ਜਿਆ ਉਸ ਪਰਮਾਤਮਾ ਨੂੰ ਪਛਾਨ ਕਿ ਉਸਨੇ ਤੈਨੂੰ ਜਨਮ ਦਿੱਤਾ ਇਹ ਸਰੀਰ ਦਿੱਤਾ ਉਸ ਪਰਮਾਤਮਾ ਨੂੰ ਪਛਾਨ ਇਸ ਸੰਸਾਰ ਵਿੱਚ ਵਿਚਰਨ ਦੇ ਲਈ ਮਾਤਾ ਪਿਤਾ ਸਾਖ ਸੰਬੰਧੀ ਬੱਚੇ ਦਿੱਤੇ ਜਿਹੜੇ ਤੈਨੂੰ ਇੱਕ ਟੀਮ ਵਾਕਨ ਤੇਰਾ ਕੰਮ ਕਰੀ ਆ ਰਹੇ ਨੇ ਬਜ਼ੁਰਗ ਸੈਂ ਹੱਥ ਨਹੀਂ ਜਲਦੇ ਰੋਟੀ ਪਾਣ ਵਾਸਤੇ ਮੂੰਹ ਵਿੱਚ ਗਰਾਂ ਹੀ ਪਾਣ ਵਾਸਤੇ ਵੀ ਬੱਚੇ ਸਾਖ ਸੰਬੰਧੀ ਹੈ ਨੇ ਤੇ ਜਦੋਂ ਇਹ ਕੁਝ ਵੀ ਨਹੀਂ ਮਨੁੱਖ ਇਸ ਸੰਸਾਰ ਵਿੱਚ ਆਇਆ ਵਿਸ਼ੇਵਿਕਾਰਾਂ ਵਿੱਚ ਗਲਤਾਨ ਹੈ ਤੇ ਇਸ ਨੂੰ ਵਿਸ਼ੇਵਿਕਾਰਾਂ ਤੋਂ ਬਚਾਨ ਵਾਸਤੇ ਤੈਨੂੰ ਬਾਣੀ ਦਿੱਤੀ ਹੈ ਇਹ ਜਦੋਂ ਬਾਰ ਬਾਰ ਮਨ ਜਿਹੜਾ ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀਏ ਇਹ ਸਰਵਨੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸ੍ਰੀ ਲੈ ਸੁਣੋ ਸਤ ਬਾਣੇ ਇਹ ਨੈਤਰੋ ਮੇਰਿਓ ਹਰਬਿਨ ਅਵਰ ਨਾ ਦੇਖੋ ਕੋਈ ਇਹ ਜਿੱਥੇ ਵੇਖ ਉਸ ਪਰਮਾਤਮਾ ਨੂੰ ਵਰਤਦਾ ਵੇਖ ਤੇ ਜਦੋਂ ਪਰਮਾਤਮਾ ਨੂੰ ਵਰਤਦਾ ਵੇਖਣ ਦੀ ਜਾਂਚ ਆ ਗਈ ਅਸੀਂ ਆਮ ਤੌਰ ਤੇ ਸਮਝਦੇ ਆ ਇਹ ਮਨ ਮੇਰਾ ਹੈ ਇਹ ਮੈਂ ਆਪਣੇ ਮਨ ਦਾ ਮਾਲਕ ਹਾਂ ਪਰ ਵਾਸਤਵ ਵਿੱਚ ਅਸੀਂ ਆਪਣੇ ਮਨ ਦੇ ਗੁਲਾਮ ਆ ਮਨ ਦੇ ਮਾਲਕ ਤਾਂ ਅਸੀਂ ਹੁੰਦੇ ਹੀ ਨਹੀਂ ਤੇ ਇਹ ਮਨ ਦੇ ਜਦੋਂ ਅਸੀਂ ਆਪ ਗੁਲਾਮ ਹਾਂ ਜਦੋਂ ਅਸੀਂ ਕਹਿੰਦੇ ਆ ਮੇਰੀ ਵੀਕਨੈਸ ਹੈ ਪਾਪ ਮੈਂ ਇਸ ਵੀਕਨੈਸ ਦਾ ਗੁਲਾਮ ਆ ਤੇ ਜਦ ਤੱਕ ਇਸ ਵੀਕਨੈਸ ਤੋਂ ਮੈਂ ਨਿਜਾਤ ਨਹੀਂ ਦਵਾਉਂਦਾ ਇਸ ਇਸ ਵੀਕਨੈਸ ਤੋਂ ਉੱਪਰ ਨਹੀਂ ਉੱਠਦਾ ਆ ਜਰਾ ਧਿਆਨ ਦਿਈਏ ਉਹਨਾਂ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਨੇ ਆ ਅਰਦਾਸ ਦੇ ਅੰਦਰ ਜਿਨ੍ਹਾਂ ਮਾਈਆਂ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪੁਆਏ ਤੇ ਪਰਮੋਸੀ ਤੱਕ ਨਾ ਉਚਾਰੇ ਉਹਨਾਂ ਨੂੰ ਅੱਧੀ ਰੋਟੀ ਮਿਲਦੀ ਸੀ ਉਸ ਅੱਧੀ ਰੋਟੀ ਦੇ ਵਿੱਚ ਵੀ 34% ਮਿੱਟੀ ਮਿਲਾਈ ਹੁੰਦੀ ਸੀ ਤੇ ਉਸ ਅੱਧੀ ਰੋਟੀ ਖੰਨੀ ਖੰਨੀ ਰੋਟੀ ਦੇ ਜਿਨ੍ਹਾਂ ਨੇ ਗੁਜ਼ਾਰਾ ਕੀਤਾ ਤੇ ਸ਼ਾਮ ਨੂੰ ਸਬਰ ਤੇ ਸੰਤੋਖ ਦੀ ਅਰਦਾਸ ਕਰਨੇ ਦਾਤਾ ਤੇਰਾ ਸ਼ੁਕਰ ਹੈ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਰੈਣ ਆਇਆ ਆਪਣੇ ਭਾਣੇ ਅੰਦਰ ਬਤੀਤ ਕਰਾਉਣ ਦੀ ਬਲ ਬੁੱਧੀ ਬਖਸ਼ਨੇ ਇਹ ਸਾਡਾ ਵਿਰਸਾ ਜਿਨ੍ਹਾਂ ਉਹਨਾਂ ਨੇ ਕਿੰਨਾ ਆਪਣੇ ਮਨ ਨੂੰ ਕੰਟਰੋਲ ਕੀਤਾ ਹੋਵੇਗਾ ਛੋਟੇ ਸਹਿਬਜ਼ਾਦੇ 6 7 ਤੇ 9 ਸਾਲ ਦੀ ਉਮਰ 6.5 8-9 ਸਾਲ ਦੀ ਉਮਰ ਬਣਦੀ ਹੈ ਜਰਾ ਧਿਆਨ ਤੇ ਕਰੀਏ ਮੈਨੂੰ ਮਾਰਕੋਸ ਸਾਹਿਬ ਦੀ ਗੱਲ ਉਹ ਯਾਦ ਆਉਂਦੀ ਹੈ ਕਿ ਉਹ ਕਹਿੰਦੇ ਨੇ ਕਿ ਮੈਂ ਵੀ ਕੋਸ਼ਿਸ਼ ਕੀਤੀ ਦਸੰਬਰ ਦੇ ਮਹੀਨੇ ਸਰਹੰਦ ਦੇ ਬਾਹਰ ਕਹਿੰਦੇ ਹੁਣ ਤੇ بڑے ਕਮਰੇ ਬਣ ਗਏ ਨੇ ਅੱਜ ਤੋਂ 40 ਸਾਲ ਪੁਰਾਣੀ ਗੱਲ ਹੈ ਬੜਾ ਪਾਲਾ ਤੇ ਕੱਕਰ ਪੈਂਦਾ ਸੀਗਾ ਕਹਿੰਦਾ ਮੈਂ ਵੀ ਆਪਣਾ ਆਪ ਕੀ ਸਹਿਬਜ਼ਾਦਿਆਂ ਨੇ ਕਿਵੇਂ ਠੰਡੇ ਬੁਰਜ ਵਿੱਚ ਆਪਣੀ ਬਜ਼ੁਰਗ ਦਾਦੀ ਦੇ ਨਾਲ ਰਾਤ ਬਿਤਾਈ ਹੋਵੇਗੀ ਤੇ ਕਿਹਾ ਅੱਜ ਮੈਂ ਵੀ ਆਪ ਅੱਧੀ ਰਾਤ ਬਾਹਰ ਬੈਠਾਂ ਕਹਿੰਦਾ ਕੋਈ 12 1 ਵਜੇ ਤੇ ਮੈਂ ਫਟਾਫਟ ਆਪਣੀ ਚਾਦਰ ਸਮੇਟੀ ਤੇ ਅੰਦਰ ਆ ਗਿਆ ਆਪਣੇ ਟੈਂਟ ਦੇ ਅੰਦਰ ਕਹਿੰਦਾ ਮੇਰੇ ਕੋਲੋਂ ਰਾਤ ਬਤੀਤ ਨਹੀਂ ਹੋਈ ਤੇ ਖਿਆਲ ਕੀਤਾ ਕਿ ਉਹਨਾਂ ਸਹਿਬਜ਼ਾਦਿਆਂ ਨੇ ਕਿਵੇਂ ਬਤੀਤ ਕੀਤੀ ਹੋਵੇਗੀ 7 ਤੇ 9 ਸਾਲ ਦੀ ਉਮਰ ਦੇ ਵਿੱਚ ਫਿਰ ਠੰਡੇ ਇੱਟਾਂ ਤੇ ਗਾਰੇ ਦੇ ਵਿੱਚ ਆਪਣੇ ਸਰੀਰ ਦੇਹ ਤੇ ਜਣ ਜੀ ਇਹ ਦੇਹ ਨੂੰ ਘੋੜੀ ਮੰਨਿਆ ਅਸੀਂ ਤੇ ਹਰ ਵੇਲੇ ਇਸ ਦੇਹ ਨੂੰ ਪਪੋਰਦੇ ਆ ਇਸ ਦੇਹ ਨੂੰ ਬੜਾ ਸੰਭਾਲ ਸੰਭਾਲ ਕੇ ਰੱਖਦੇ ਆ ਤੇ ਉਹਨਾਂ ਨੇ ਕਿੰਨਾ ਕੰਟਰੋਲ ਕਰਕੇ ਆਪਣਾ ਆਪਾ ਹਵਾਲੇ ਕੀਤਾ ਸੀਗਾ ਇਹ ਸਾਨੂੰ ਥੋੜੀ ਜੀ ਇਸ ਪੱਖੋਂ ਇਤਿਹਾਸ ਸਾਨੂੰ ਬੜੀ ਸ਼ਕਤੀ ਦਿੰਦਾ ਹੈ ਮੈਨੂੰ ਧਿਆਨ ਆਉਂਦਾ ਹੈ ਸਾਡੇ ਬਾਬਾ ਖੜਕ ਸਿੰਘ ਦਾ ਜਿਨ੍ਹਾਂ ਦੇ ਨਾਂ ਤੇ ਉਹ 골ਡਾ ਖਾਨੇ ਵਾਲੀ ਸੜਕ ਹੈ ਕਹਿੰਦੇ ਨੇ ਕਿ ਜਦੋਂ ਇਹ ਸਨ 1922-23 ਦੇ ਵਿੱਚ ਜੇਲ੍ਹ ਵਿੱਚ ਬੰਦ ਸਨ ਤਾਂ ਉਹਨਾਂ ਨੇ ਭੁੱਖ ਹੜਤਾਲ ਰੱਖੀ ਫਿਰ ਉਹਨਾਂ ਨੂੰ ਹੋਇਆ ਕਿ ਜਿਹੜੇ ਕਾਂਗਰਸੀ ਨੇ ਉਹਨਾਂ ਨੂੰ ਗਾਂਧੀ ਟੋਪੀ ਪਾਣ ਦੀ ਇਜਾਜ਼ਤ ਨਹੀਂ ਜਿਹੜਾ ਸਿੱਖ ਹੈ ਉਹਨੂੰ ਦਸਤਾਰ ਬੰਨਣ ਦੀ ਇਜਾਜ਼ਤ ਨਹੀਂ ਇਹਨਾਂ ਨੇ ਛੋਟੀ ਦਸਤਾਰ ਤੇ ਕਚਹਿਰੇ ਦੇ ਵਿੱਚ ਸਰਦੀਆਂ ਗਰਮੀਆਂ ਇਉਂ ਹੀ ਰਹੇ ਕੋਈ ਤਨ ਤੇ ਕਪੜਾ ਨਾ ਪਾਇਆ ਤੇ ਕਿਸੇ ਨੇ ਜਾ ਕੇ ਪੁੱਛਿਆ ਬਾਬਾ ਜੀ ਤੁਹਾਨੂੰ ਠੰਡ ਨਹੀਂ ਲੱਗਦੀ ਕਹਿੰਦੇ ਲੱਗਦੀ ਹੈ ਕਹਿੰਦੇ ਗਰਮੀ ਤਪਸ਼ਨੀ ਮਹਿਸੂਸ ਹੁੰਦੀ ਕਹਿੰਦੇ ਹੁੰਦੀ ਹੈ ਕਹਿੰਦਾ ਜਦੋਂ ਮੈਨੂੰ ਗਰਮੀ ਲੱਗਦੀ ਹੈ ਤੇ ਮੈਂ ਪੰਚਮ ਪਾਸ਼ਾ ਦਾ ਧਿਆਨ ਧਰਦਾ ਤੇ ਮੇਰੇ ਅੰਦਰ ਕੋਈ ਇਉਂ ਕੋਈ ਸ਼ਕਤੀ ਜਿਵੇਂ ਪ੍ਰਵੇਸ਼ ਕਰਦੀ ਹੈ ਤੇ ਮੈਨੂੰ ਉਹ ਗਰਮੀ ਬਰਦਾਸ਼ਤ ਕਰਨ ਦੀ ਹਿੰਮਤ ਆ ਜਾਂਦੀ ਹੈ ਤੇ ਕਹਿੰਦਾ ਜਦੋਂ ਠੰਡ ਲੱਗਦੀ ਹੈ ਤੇ ਮੈਂ ਠੰਡੇ ਬੁਰਜ ਵੱਲ ਧਿਆਨ ਕਰਦਾ ਤੇ ਮੇਰੇ ਅੰਦਰ ਉਹ ਸ਼ਕਤੀ ਆ ਜਾਂਦੀ ਹੈ ਕਿ ਉਹਨਾਂ ਨੇ ਕਿਵੇਂ ਬਾਣੀ ਦੇ ਨਾਲ ਆਪਣੇ ਮਨ ਨੂੰ ਸਾਂਧਿਆ ਹੋਵੇਗਾ ਛੋਟੇ ਸਹਿਬਜ਼ਾਦਿਆਂ ਨੇ ਤੇ ਮੇਰੇ ਅੰਦਰ ਉਹ ਸ਼ਕਤੀ ਆ ਜਾਂਦੀ ਹੈ ਤੇ ਮੈਂ ਉਸ ਠੰਡ ਨੂੰ ਬਰਦਾਸ਼ਤ ਕਰ ਲੈਣਾ ਤੇ ਬਰਦਾਸ਼ਤ ਕਰਨ ਦੀ ਇੱਕ ਗੱਲ ਜੇ ਮਨ ਨੂੰ ਜਿਹੜੇ ਪਾਸੇ ਲਗਾ ਲਈਏ ਜਿਵੇਂ ਭਗਤ ਕਬੀਰ ਜੀ ਗੱਲ ਕਰਦੇ ਨੇ ਕਿ ਜਦੋਂ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਉਹ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ ਅਸਲ ਵਿੱਚ ਸਭ ਤੋਂ ਪਹਿਲਾਂ ਸਾਡਾ ਮਨ ਡਰਦਾ ਫਿਰ ਸਾਡੇ ਤਨ ਵਿੱਚ ਬਰਦਾਸ਼ਤ ਕਰਨ ਦੀ ਸ਼ਕਤੀ ਖਤਮ ਹੁੰਦੀ ਹੈ ਤੇ ਜਦੋਂ ਮਨ ਬਲਵਾਨ ਹੋ ਜਾਏ ਤੇ ਮਨ ਬਲਵਾਨ ਕਦੋਂ ਹੁੰਦਾ ਮਨ ਹਰਜੀ ਤੇਰੇ ਨਾਲ ਹੈ ਤੇ ਜਿਸ ਦਿਨ ਮਨ ਹਰਜੀ ਤੇਰੇ ਨਾਲ ਹੈ ਗੱਲ ਆ ਜਾਂਦੀ ਹੈ ਤੇ ਗੁਰਮਤੀ ਰੰਗਮਾਨ ਵਾਲੀ ਅਵਸਥਾ ਬਣ ਜਾਂਦੀ ਹੈ ਸੋ ਬਜਾਏ ਇਸ ਦੇ ਕਿ ਅਸੀਂ ਆਸ-ਪਾਸ ਦੀਆਂ ਸਰਕਮਸਟੈਂਸਿਸ ਦੇ ਗੁਲਾਮ ਹੋਈਏ ਅਸੀਂ ਸਰਕਮਸਟੈਂਸਿਸ ਦੇ ਜਿੱਤ ਪ੍ਰਾਪਤ ਕਰਨ ਦੇ ਲਈ ਮਨ ਦੇ ਵਿੱਚ ਇੱਕ ਵਿਸ਼ਵਾਸ ਲੈ ਆਈਏ ਕਿ ਡਰ ਡਰ ਡਰਨਾ ਮਨ ਦਾ ਸੋਰ ਡਰੀਏ ਜੇ ਡਰ ਹੋਵੇ ਹੋਰ ਤੇ ਨਿਰਭਉ ਜਪ ਸਗਲ ਪਉ ਮੇਟਾ ਉਸ ਨਿਰਭਉ ਨੂੰ ਧਿਆਇਆ ਸਾਰੇ ਡਰ ਖਤਮ ਹੁੰਦੇ ਨੇ ਉਸ ਨਿਰਵੈਰ ਨੂੰ ਧਿਆਇਆ ਸਾਰੇ ਵੈਰ ਖਤਮ ਹੁੰਦੇ ਨੇ ਉਸ ਸਤਨਾਮ ਨੂੰ ਧਿਆਇਆ ਤੁਹਾਡੇ ਅੰਦਰ ਕ੍ਰੀਏਟਿਵ ਸ਼ਕਤੀਆਂ ਪੈਦਾ ਹੁੰਦੀਆਂ ਨੇ ਤੇ ਜਦੋਂ ਉਸ ਪਰਮਾਤਮਾ ਦੇ ਮਹਿਸੂਸ ਕਰਾਂਗੇ ਉਹ ਅੰਗ ਸੰਗ ਆਂਦਾ ਇੱਕ ਗੱਲ ਫਿਰ ਇੱਥੇ ਯਾਦ ਆਂਦੀ ਹੈ ਕਿ ਇਸਲਾਮ ਦੇ ਅੰਦਰ ਜਦੋਂ ਮੱਕੇ ਤੋਂ ਮਦੀਨਾ ਜਾਂਦੇ ਨੇ ਮੁਹੰਮਦ ਸਾਹਿਬ ਤਾਂ ਉਹਨਾਂ ਉਹਨਾਂ ਦਾ ਜਿਹੜਾ ਸਾਥੀ ਹੈ ਕਹਿੰਦਾ ਮੁਹੰਮਦ ਸਾਹਿਬ ਹਮ ਇਕੱਲੇ ਹੋ ਗਏ ਸਭ ਲੋਕ ਸਾਥ ਛੋੜ ਗਏ ਤੇ ਮੁਹੰਮਦ ਸਾਹਿਬ ਨੇ ਬੜੇ ਵਜਦ ਵਿੱਚ ਆ ਕੇ ਆਖਿਆ ਸੀ ਕਿਵੇਂ ਹਮ ਇਕੱਲੇ ਹੋਗੇ ਕਿ ਅੱਲਾਹ ਤਾਲਾ ਹਮਾਰੇ ਸਾਥ ਨਹੀਂ ਹੈ ਗੱਲ ਕੇਵਲ ਉਸ ਪਰਮਾਤਮਾ ਨੂੰ ਅੰਗ ਸੰਗ ਮਹਿਸੂਸ ਕਰਨ ਦੀ ਹੈ ਜਦੋਂ ਪਰਮਾਤਮਾ ਅੰਗ ਸੰਗ ਮਹਿਸੂਸ ਹੋ ਗਿਆ ਮਾਛੀਵਾੜੇ ਦੇ ਜੰਗਲ ਵਿੱਚ ਉਹ ਕਲਗੀ ਤਰ ਕਿਸ ਚੜਦੀ ਕਲਾ ਦੇ ਵਿੱਚ ਅਨੰਦਪੁਰਵੀ ਛੱਡ ਦਿੱਤਾ ਚਮਕੂਰ ਵੀ ਛੱਡ ਦਿੱਤਾ ਅੱਗੋਂ ਪਤਾ ਨਹੀਂ ਕੀ ਆ ਪੱਤਾ ਪੱਤਾ ਵੈਰੀ ਹੈ ਪਰ ਉਹ ਪਰਮਾਤਮਾ ਅੰਗ ਸੰਗ ਹੈ हां दुनिया दी कोई ताकत तन्नु डूला ਨਹੀਂ ਸਕਦੀ ਸਭ ਤੋਂ ਪਹਿਲਾਂ ਸਾਡਾ ਮਨ ਡੋਲਦਾ ਹੈ ਇਸੇ ਕਰਕੇ ਗੁਰਸਿੱਖੀ ਦੇ ਜਿਹੜੇ ਸਾਡੇ ਸੰਸਕਾਰ ਨੇ ਉਹ ਹਮੇਸ਼ਾ ਕੀ ਆਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵੀ ਉਸ ਵਾਹਿਗੁਰੂ ਦੀ ਹੈ ਇਹ ਮੇਰੀ ਨਹੀਂ ਅਸੀਂ ਆਮ ਤੌਰ ਤੇ ਕਹਿੰਨੇ ਆ ਮਨ ਮੇਰਾ ਨਹੀਂ ਜਦ ਮਨ ਤੇਰੇ ਹਵਾਲੇ ਹੋ ਗਿਆ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਤੇ ਜਿਸ ਦਿਨ ਇਹ ਅਵਸਥਾ ਬਣ ਗਈ ਫਿਰ ਹਰ ਵੇਲੇ ਫਤਿਹ ਹੀ ਫਤਿਹ ਹੈ ਡਰ ਨਹੀਂ ਰਹਿਗਾ ਇਹ ਮਨ ਬਹੁਤ ਸ਼ਕਤੀਵਾਨ ਹੈ ਬੜੀਆਂ ਸ਼ਕਤੀਆਂ ਦਾ مالک ਹੈ ਇਸ ਸ਼ਕਤੀ ਨੂੰ ਪਛਾਣਨ ਦੀ ਲੋੜ ਹੈ ਅਸੀਂ ਇਸ ਦੇ ਗੁਲਾਮ ਨਾ ਬਣੀਏ ਐਸ ਨੂੰ ਸਤਗੁਰੂ ਦੇ ਚਰਨਾਂ ਦੇ ਵਿੱਚ ਰੱਖ ਦਈਏ ਸਤਗੁਰੂ ਮਾਂਜ ਸਵਾਰ ਕੇ ਐਸ ਨੂੰ ਗੁਰਮੁਖ ਬਣਾ ਦੇਗਾ ਜੇ ਆਪਣਾ ਸੀ ਬਨਾਇਆ ਤੇ ਮਨਮੁਖ ਬਨ ਜਾਏਗਾ ਪਰ ਜੇ ਗੁਰੂ ਦੇ ਹਵਾਲੇ ਹੋ ਗਏ ਤੇ ਗੁਰਮੁਖ ਬਨ ਜਾਏਗਾ ਇਨਾ ਅਖਰਾਂ ਦੇ ਨਾਲ ਖਿਮਾ ਦੇ ਜਾਂ ਚੱਕਾਂ ਜੀ ਵਿਚਾਰਾ ਕਰਦਿਆਂ ਕੋਈ ਬਹੁਤ ਗਲਤੀਆਂ ਹੋ ਗਿਆ ਹੋਣ ਗਿਆ ਖਿਮਾ ਕਰ ਲੈਨੇ ਵਾਹਿਗੁਰੂ ਜੀ ਕਾ ਖਾਲਸਾ ਧਨਵਾਦ ਡਾਕਟਰ ਸਾਹਿਬ ਮਨ ਤੇ ਪ੍ਰਿੰਸੀਪਲ ਸਰ ਬੋਲ ਰਹੇ ਸੀ ਦਰਸਲ ਧਰਮ ਮਨੁੱਖੀ ਭਾਵਨਾਵਾਂ ਤੇ ਆਧਾਰਿਤ ਹੁੰਦਾ ਹੈ ਔਰ ਮਨੁੱਖੀ ਮਨ ਦੀਆਂ ਉਚਾਈਆਂ ਦੀ ਨਾ ਕੋਈ ਲਿਮਟ ਹੈ ਨਾ ਕੋਈ ਗਿਰਾਵਟ ਦੀ ਲਿਮਟ ਹੈ ਜੇ ਮਨੁੱਖ ਵਿੱਚ ਉਚਾਈਆਂ ਤੇ ਪਹੁੰਚਣ ਦੀ ਅਪਾਰ ਸ਼ਕਤੀ ਹੈ ਤਾਂ ਨੀਵਾਂ ਡਿੱਗਣ ਦੀ ਮੈਂਟੈਲਿਟੀ ਉਸ ਤੋਂ ਵੀ ਜ਼ਿਆਦਾ ਹੈ ਔਰ ਧਰਮ ਇਸ ਮਨ ਦੀ ਗਿਰਾਵਟ ਲਈ ਕਦਰਸ਼ ਰਾਹ ਹੈ ਔਰ ਧਰਮ ਹੀ ਸਾਨੂੰ ਗੁਰਬਾਣੀ ਹੀ ਸਾਨੂੰ ਮਨ ਦੀ ਜਿਹੜੀ ਗੱਲ ਕਰਦੀ ਹੈ ਮੈਂ ਕੱਲ ਇੱਕ ਐਡਵਰਟਾਈਜ਼ਮੈਂਟ ਦੇਖੇ ਇੱਕ ਮੈਗਜ਼ੀਨ ਇਦਾਂ ਹੋਪ ਅਕੈਡਮੀ ਉਹ ਹਜ਼ਾਰਾਂ ਰੁਪਏ ਉਹਨਾਂ ਦੀ ਫੀਸ ਹੈ ਉਹ ਕਹਿੰਦਾ ਕਿ ਦ ਸੀਕ੍ਰੀਟ ਫਾਰਮੂਲਾ ਐਂਡ ਮੰਤਰਸ ਫਾਰ ਅਚੀਵਿੰਗ ਸਕਸੈਸ ਪ੍ਰੋਸਪਰਿਟੀ ਵੈਲਥ ਹੈਪੀਨੈਸ through the power of mind ਉਹ ਅਕੈਡਮੀ ਬਣਾਈ ਹੈ ਉਹਨਾਂ ਨੇ ਯਾਰ ਪੜੋ ਤਾਂ ਸਹੀ ਕੁਰਬਾਨੀ ਇਹ ਅਕੈਡਮੀਆਂ ਤਾਂ ਸਭ ਫੇਲ ਲੱਗੀਆਂ ਉੱਥੇ ਉਹ ਹੁਣ professionl ਇਹ ਚੀਜ਼ਾਂ ਹੋ ਗਈਆਂ ਨੇ ਤਾਂ ਇੱਕ ਪ੍ਰਿੰਸੀਪਲ ਸਰ ਇੱਕ ਬੜੀ ਕਮਾਲ ਦੀ ਗੱਲ ਜਿਹੜੀ ਬਾਬਾ ਖੜਕ ਸਿੰਘ ਬਾਰੇ ਦੱਸ ਰਹੇ ਸੀ ਤੇ ਉਹ ਅੱਜ ਇਹ ਸਾਇੰਸ ਨੇ ਵੀ ਇਹ ਕਰ ਦਿੱਤਾ ਇਸ ਗੱਲ ਨੂੰ ਬਿਲਕੁਲ ਕਰਤਾ ਠੀਕ ਗੱਲ ਹੈ ਕਿ ਕਹਿੰਦੇ ਨੇ ਕਿ देयर ਆ ਟ੍ਰਿਲੀਅਨਸ ਆਫ ਕਲੈਕਟਿਵ ਜਿਹੜੇ ਸੈਲਸ ਨੇ ਜਿਹਨੂੰ ਅਸੀਂ ਰੋਮ ਰੋਮ ਕਹਿੰਦੇ ਨਾ ਇੱਕ ਇੱਕ ਰੋਮ ਦੇ ਨਾਲ ਸਾਡੀ ਜਿਹੜੀ ਕਨੈਕਸ਼ਨ ਹੈ ਮਨ ਦਾ ਸੁਰਤ ਨਾਲ ਥੋੜਾ ਜਿਹਾ ਇੱਕ ਪਿੰਨ ਲੱਗ ਜਾਏ ਨਾ ਇਹ ਇੱਕਦਮ ਮੈਸੇਜ ਮਨ ਨੂੰ ਭੇਜਦਾ ਹੈ ਦਰਦ ਮਹਿਸੂਸ ਹੁੰਦੀ ਹੈ ਦੂਸਰਾ ਤੋਦੀ ਹੈਲਪ ਲੀ ਆ ਜਾਂਦਾ ਤੇ ਮੈਂ ਬੜੀ ਵਾਰ ਸੋਚਦਾ ਸੀ ਕਿ ਸਰੀਰਾਂ ਤੇ ਇਤਨੇ ਜ਼ਿਆਦਾ ਸਾਡੇ ਗੁਰੂਆਂ ਦੇ ਔਰ ਹੋਰ ਬੜੀਆਂ ਵੱਡੀਆਂ ਵੱਡੀਆਂ ਪਰਸਨੈਲਿਟੀਜ਼ ਦੇ ਇੰਨੇ ਸਰੀਰਾਂ ਤੇ ਦੁੱਖ ਕਲੇਸ਼ ਕੀਤੇ ਤੇ ਸੀ ਵੀ ਨਾ ਕੀਤੇ ਉਹਨਾਂ ਦੇ ਮਨ ਜਿਹੜੇ ਨੇ ਨਾ ਉੱਥੇ ਮਿਲੇ ਹੋਏ ਸੀ ਉਹਨਾਂ ਕੋਲ ਇਤਨੀ ਪਾਵਰ ਆ ਜਾਂਦੀ ਹੈ ਕਿ ਫਿਰ ਉਹ ਕਨੈਕਸ਼ਨ ਜਿਹੜੇ ਨੇ ਇਹ ਸਰੀਰ ਦੇ ਔਰ ਮਨ ਦੇ ਉਹਨੂੰ ਡਿਸਕਨੈਕਟ ਕਰ ਲੈਂਦੇ ਨੇ ਫਿਰ ਸਰੀਰ ਤੇ ਜਿੰਨੇ ਮਰਜੀ ਤਸੀਹੇ ਦੇ ਦਿਓ ਬਸ਼ਰਤੇ ਉਹ ਮਨ ਜਿਹੜਾ ਜਿਹੜੀ ਸੂਰਤ ਹੈ ਉੱਥੇ ਲੱਗੀ ਜਾਵੇ ਬੜੀ ਖੂਬਸੂਰਤ ਇੱਕ ਲਾਈਨ ਹੈ ਨਾ ਮਨ ਮਾਰੇ ਜੀਵਤ ਮਰ ਜਾਣ ਹੂਜ਼ ਐਵਰ ਡਿਸਪਲਨ ਇਜ਼ ਮਾਈਂਡ ਨੋਜ਼ ਦਾ ਸੀਕ੍ਰੀਟ ਆਫ ਡੈਥ ਐਂਡ ਲਾਈਫ ਇਨ ਹਿਸ ਲਾਈਫ ਇੱਕ ਬੜੀ ਖੂਬਸੂਰਤ ਲਾਈਨ ਮੈਂ ਸਪੈਸ਼ਲ ਲਿਖ ਕੇ ਲਿਆਇਆ ਸੀ ਕਿ ਉਹ ਹੈ ਕਿ ਮਨ ਮਾਰੇ ਦਾਤੂ ਮਰ ਜਾਏ ਦਾਤੂ ਮਤਲਬ ਭਟਕਣਾ ਸਾਰੀਆਂ ਭਟਕਣਾ ਜ਼ਿੰਦਗੀ ਦੀਆਂ ਮਰ ਜਾਣਗੀਆਂ ਜੇ ਮਨ ਨੂੰ ਤੁਸੀਂ ਕੰਟਰੋਲ ਕਰ ਲਓ ਮਨ ਨੂੰ ਇਹ ਕਿਵੇਂ ਹਰ ਪਾਏ ਮਨ ਮਰੇ दारू ਜਾਣੇ ਕੋਏ ਮਨੇ ਵਿਰਲਾ ਹੀ ਉਸ ਮਨ ਨੂੰ ਕਾਬੂ ਕਰਨ ਦੀ ਜਿਹੜੀ ਦਵਾਈ ਹੈ ਉਸ ਨੂੰ ਜਾਣ ਪੰਦਾ ਫਿਰ ਅੱਗੇ ਕਹਿੰਦੇ ਨੇ ਕਿ ਮਨ ਸ਼ਬਦ ਮਰੇ 부জে ਜਨਸੋਏ ਕਿ ਜਿਹੜਾ ਸ਼ਬਦ ਹੈ ਗੁਰਬਾਣੀ ਹੈ ਇਸ ਨਾਲ ਇਸ ਮਨ ਨੂੰ ਕਾਬੂ ਕੀਤਾ ਜਾਂਦਾ ਪਰ ਇਹ ਕੋਈ ਕੋਈ ਸਮਝ ਪੰਦਾ ਤੋ ਇਸ ਨੂੰ ਸਾਡਾ ਅੱਜ ਦਾ ਇਹ ਜਿਹੜਾ ਅਸੀਂ ਇਹ ਵਿਸ਼ਾ ਰੱਖਿਆ ਹੈ ਇਸ ਲਈ ਰੱਖਿਆ ਕਿ ਮਨ ਨੂੰ ਸਮਝਾਣ ਲਈ ਗੁਰਬਾਣੀ ਦੀ ਔਰ ਗੁਰਮਤ ਦੀ ਗੱਲ ਹੈ